ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਿਖ ਇੱਕ ਵਾਰ ਇੱਕ ਨਗਰ ਦੇ ਵਿੱਚ ਬੜੇ سارے ਠੱਗ ਰਹਿੰਦੇ ਸੀ ਉਸੇ ਨਗਰ 'ਚ ਇੱਕ ਸ਼ਾਹੂਕਾਰ ਰਹਿੰਦਾ ਸੀ ਸ਼ਾਹੂਕਾਰ ਨੇ ਆਪਣੇ ਵਪਾਰ ਲਈ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਇਆ ਕਰਦਾ ਸੀ ਠੱਗਾਂ ਨੂੰ ਇਹ ਗੱਲ ਪਤਾ ਲੱਗੀ ਹੁਣ ਠੱਗਾਂ ਨੇ ਕੀ ਕੀਤਾ ਵੀ ਦੇਖਦੇ ਰਹੇ ਉਹ ਕਿੰਨੇ ਵਜੇ ਘਰ ਆਉਂਦਾ ਹੈ ਕਿੰਨੇ ਵਜੇ ਜਾਂਦਾ ਹੈ ਕਿੱਥੇ ਵਪਾਰ ਕਰਨ ਲਈ ਜਾਂਦਾ ਹੈ ਕਿੰਨੇ ਸਮੇਂ ਲਈ ਰਹਿਣਾ ਹੈ ਕਿੱਥੇ ਰਹਿਣਾ ਆਪਾਂ ਦੇਖਦੇ ਆਂ ਨਾ ਕਿ ਜਦੋਂ ਕੋਈ ਕਿਸੇ ਨੂੰ ਠੱਗਦਾ ਹੈ ਤੇ ਪਹਿਲੇ ਹੀ ਉਹਦੀ ਰੇਕੀ ਕਰਨ ਲੱਗ ਜਾਂਦਾ ਹੈ ਵੀ ਉਹ ਕਿੱਥੇ ਆਉਂਦਾ ਹੈ ਕਿੱਥੇ ਜਾਂਦਾ ਹੈ ਕੀ ਖਾਂਦਾ ਹੈ ਕਿਹਦੇ ਨਾਲ ਉੱਠਣਾ ਬੈਠਣਾ ਹੈ ਕਿੰਨਾ ਸਮਾਂ ਕੀ ਕਰਦਾ ਐਵੇਂ ਉਹ ਠੱਗਾ ਨੇ ਉਹ ਸ਼ਾਹੂਕਾਰ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਹੁਣ ਕੀ ਸੀ ਜਦੋਂ ਪਤਾ ਲੱਗ ਗਿਆ ਵੀ ਸ਼ਾਹੂਕਾਰ ਐਨੇ ਪੈਸੇ ਐਨਾ ਸੋਨਾ ਇੰਨਾ ਚਾਂਦੀ ਲੈ ਕੇ ਫਲਾਣੀ ਥਾਂ ਤੇ ਵਪਾਰ ਕਰਨ ਚੱਲਿਆ ਤੇ ਠੱਗਾ ਨੇ ਆਪਸ ਵਿੱਚੋਂ ਪੰਜ ਜਣੇ ਸੀ ਪਹਿਲਾ ਠੱਗ ਕਹਿੰਦਾ ਕਿ ਮੈਂ ਤੁਹਾਨੂੰ 10000 ਰੁਪਏ ਦੇਣਾ ਵਾ ਤੇ ਤੁਸੀਂ 10000 ਰੁਪਏ ਲੈ ਲਓ ਤੇ ਉਹਦੇ ਕੋਲ ਜੋ ਮਾਲ ਲਓ ਮੇਰਾ ਦੂਜਾ ਕਹਿੰਦਾ ਮੈਂ 20 ਦੇਣਾ ਤੀਜੇ ਨੇ 40 ਕਿਹਾ ਚੌਥੇ ਨੇ ਐਵੇਂ ਫਿਰ ਚੌਥੇ ਨੇ 40 ਤੇ ਅੱਗੇ 50 ਤੱਕ ਆ ਕੇ ਵਾਰੀ ਹੋ ਗਈ ਉਹ ਕਹਿੰਦਾ ਵੀ ਮੇਰੇ 50 ਦੇਣਾ ਜੇ ਇਦੋਂ ਕੋਈ ਵਧ ਦੇਂਦਾ ਤਾਂ ਦੱਸੋ ਉਹ ਕਹਿੰਦੇ ਨਹੀਂ ਹੁਣ ਬਾਕੀ ਚਾਰਾਂ ਨੇ 50000 ਰੁਪਇਆ ਲਿਆ ਤੇ ਉਹ ਪਾਸੇ ਹੋ ਗਏ ਹੁਣ ਇੱਕ ਨੇ ਸਾਰਾ ਕੁਝ ਉਹਦੇ ਕੋਲ ਲੁੱਟ ਘਸਟ ਕਰਕੇ ਤੇ ਉਹ ਇੱਕ ਤਦਾ ਹੋਣਾ ਸੀ ਹੁਣ ਕੀ ਹੋਇਆ ਵੀ ਉਹਨੇ ਨਾ ਇੱਕ ਬੱਸ ਦੀ ਟਿਕਟ ਖਰੀਦੀ ਉਹ ਸ਼ਾਹੂਕਰ ਨੇ ਉਹਦੇ ਉਹ ਵਿੱਚ ਬੈਠ ਗਿਆ ਜਦੋਂ ਉਹਦੇ ਵਿੱਚ ਬੈਠਦਾ ਤੇ ਨਾਲ ਹੀ ਓਵੇਂ ਦਾ ਜਿਹੜਾ ਜਿਹੜਾ ਉਹ ਠੱਗ ਸੀ ਉਹਨੇ ਵੀ ਸ਼ਾਹੂਕਰ ਵਾਂਗੂ ਚਿੱਟੇ ਕੱਪੜੇ ਪਾਏ ਓਮੀ ਉਹਨੇ ਸਿਰ ਤੇ ਜੋ ਜੋ ਸਜਾਉਣਾ ਸੀ ਉਵੇਂ ਸਜਾ ਕੇ ਉਵੇਂ ਦਾਨ ਝੋਲਾ ਲਿਆ ਸਾਰਾ ਕੁਝ ਲਿਆ ਤੇ ਨਾਲ ਦੀ ਬੱਸ ਦੀ ਨਾ ਟਿਕਟ ਉਹਦੀ ਲੈ ਕੇ ਤੇ ਨਾਲ ਬੈਠ ਗਿਆ ਹੁਣ ਹੌਲੀ ਹੌਲੀ ਗੱਲਾਂ ਕਰਦੇ ਕਿੰਦੇ ਲੱਗਦਾ ਤੁਸੀਂ ਕੋਈ ਵਪਾਰੀ ਹੋ ਕਿੰਦਾ ਹਾਂ ਉਹ ਸ਼ੌ ਕਰ ਕੇ ਕਿੰਦਾ ਹਾਂ ਜੀ ਮੈਂ ਵਪਾਰੀ ਆ ਉਹ ਕਹਿੰਦਾ ਵੀ ਮੈਂ ਵੀ ਵਪਾਰੀ ਆ ਮੈਂ ਫਲਾਣਾ ਵਪਾਰ ਕਰਦਾ ਬੜੀਆਂ ਵੱਡੀਆਂ ਵੱਡੀਆਂ ਦੱਸਣ ਲੱਗ ਗਿਆ ਵੀ ਮੇਰਾ ਤੇ ਵਪਾਰ ਦਾ ਕੰਮ ਹਰ ਹਫਤੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਇਹ 3-400 ਕਿਲੋਮੀਟਰ ਦਾ ਸਫ਼ਰ ਇਹ ਚੰਗਾ ਚੰਗਾ ਹੋਇਆ ਆਪਾਂ ਦੋ ਜਣਿਆਂ ਵੀ ਆਰਾਮ ਨਾਲ ਕੱਟ ਜੇਗਾ ਹੁਣ ਜਿਹੜਾ ਠੱਗ ਸੀ ਉਹਨੂੰ ਏਸੀ ਵੀ ਕਿਤੇ ਤੇ ਜਾ ਕੇ ਬੱਸ ਰੁਕੇਗੀ ਕਿਤੇ ਤਾਂ ਇਹ ਉਤਰੇਗਾ ਪ੍ਰਸ਼ਾਦਾ ਖਾਣ ਲਈ ਜਾਂ ਫਿਰ ਕਿਤੇ ਬਾਥਰੂਮ ਜਾਣ ਲਈ ਆ ਕੋਈ ਤੇ ਵੀ ਤੇ ਉਦੋਂ ਮੈਂ ਬੈਗ ਨਾਲ ਬਦਲਾ ਕੇ ਤੇ ਮੈਂ ਤੇਥੋਂ ਅੱਲਾ ਬੇਲੀ ਹੋ ਜਾਗਾ ਪਰ ਹੋਇਆ ਕਿ ਵੀ ਜਿੱਥੇ ਵੀ ਬੱਸ ਰੁਕਦੀ ਸੀ ਉਹ ਸ਼ਾਹੂਕਾਰ 1 ਮਿੰਟ ਲਈ ਵੀ ਥੱਲੇ ਨਾ ਨਾ ਹੀ ਉਹਨੇ ਆਪਣਾ ਬੈਗ ਛੱਡਿਆ ਉਹ ਪਹਿਲਾਂ ਜਿੱਥੋਂ ਆਪਣੇ ਚੱਲੇ ਸੀ ਉਥੋਂ ਲੈ ਕੇ ਤੇ ਜਿੱਥੇ ਪਹੁੰਚਣਾ ਸੀ ਉਹ 1 ਸੈਕਿੰਡ ਲਈ ਵੀ ਉਹਨੇ ਬੈਗ ਆਪਣੇ ਤੋਂ ਪਾਸੇ ਨਾ ਕੀਤਾ ਨੇ ਨਾ ਹੀ ਕਿਤੇ ਉਤਰਿਆ ਹੁਣ ਥੱਗ ਕਹਿੰਦਾ ਵੀ ਇਹ ਤੇ ਬੜਾ ਚਤਰਚਲਾਕ ਲੱਗਦਾ ਸ਼ਾਹੂਕਾਰ ਇੰਨੇ ਤੇ ਆਵੇਂ ਮੰਨਣਾ ਨਹੀਂ ਹੈਗਾ ਹੁਣ ਕੀ ਹੋਇਆ ਜੇ ਥਾਂ ਤੇ ਉਹਨੇ ਜਾ ਕੇ ਰੁਕਣਾ ਸੀ ਉਹ ਥੱਗ ਵੀ ਉੱਥੇ ਪਹੁੰਚ ਗਿਆ ਜਾ ਕੇ ਕਹਿੰਦਾ ਵੀ ਤੁਸੀਂ ਵੀ ਵਪਾਰੀ ਮੈਂ ਵੀ ਵਪਾਰੀ ਤੁਸੀਂ ਵੀ 3 ਦਿਨ ਰਹਿਣਾ ਮੈਂ ਵੀ 3 ਦਿਨ ਰਹਿਣਾ ਆਪਾਂ ਅਲੱਗ-ਅਲੱਗ ਦੋ ਕਮਰਿਆਂ ਦਾ ਕਿਰਾਇਆ ਭਰਾਂਗੇ ਤੇ ਇਸ ਤੋਂ ਚੰਗਾ ਇੱਕ ਲੈ ਲਈਏ ਤੇ ਦੋਵਾਂ ਦੇ ਅੱਧੇ ਦੇ ਪੈਸੇ ਬਚ ਜਾਣਗੇ ਉਹ ਕਹਿੰਦਾ ਵੀ ਠੀਕ ਹੈ ਵੀ ਤੂੰ ਸਹੀ ਗੱਲ ਕਹੀ ਹੈ ਵੀ ਐਵੇਂ ਆਪਾਂ ਫਾਲਤੂ ਖਰਚਾ ਕਰਾਂਗੇ ਦੋਵੇਂ ਜਿਹੜੇ ਨਾ ਇੱਕ ਕਮਰਾ ਲੈ ਕੇ ਤੇ ਇੱਕ ਹੀ ਉੱਥੇ ਬਿਸਤਰਾ ਵੱਡਾ ਸਾਰਾ ਹੁੰਦਾ ਤੇ ਉਹਦੇ ਮੰਝੀਆਂ ਹੁੰਦੀਆਂ ਨੇ ਤੇ ਆਪ ਕੋ ਆਪਣੀ ਆਪਣੀ ਮੰਜੀ ਲੈ ਲੈਂਦੇ ਨੇ ਹੁਣ ਜਦੋਂ ਰਾਤ ਹੁੰਦੀ ਠੱਗ ਸੋਚਦਾ ਵੀ ਜਦੋਂ ਇਹ ਸੁੱਤਾ ਇਹਦਾ ਬੈਗ ਲੈ ਕੇ ਤੇ ਅੱਲਾ ਵੇਲਾ ਅੱਲਾ ਵੇਲੀ ਹੋ ਜਾਣਾ ਬਸ ਤੇ ਬੈਠਾਂਗਾ ਤੇ ਘਰ ਪਹੁੰਚ ਜਾਣਾ ਵੀ 50000 ਅਦਾ ਕਰਕੇ ਆਇਆ ਵਾਂ ਉਸ ਤੋਂ ਦੁੱਗਣਾ ਮਿਲੇ ਤਾਂ ਹੀ ਫਾਇਦਾ ਵੀ ਦਿਨ ਵੀ ਮੈਂ ਆਪਣਾ ਖੋਟੀ ਕੀਤਾ ਹੁਣ ਕੀ ਹੁੰਦਾ ਵੀ ਰਾਤ ਹੁੰਦੀ ਤੇ ਇੰਤਜ਼ਾਰ ਕਰਦਾ ਕਦੋਂ ਇਹ ਸੋਵੇ ਪਰ ਉਹ ਸ਼ਾਹੂਕਾਰ ਨੂੰ ਨੀਂਦ ਨਹੀਂ ਆਉਂਦੀ ਤੇ ਇਹਨੇ ਨੂੰ ਕੀ ਕਰਦਾ ਵੀ ਉਹਨਾ ਖੜਾ ਹੁੰਦਾ ਉਹ ਠੱਗ ਖੜਾ ਹੋ ਕੇ ਕਹਿੰਦਾ ਵੀ ਮੈਂ ਨਾ ਥੱਲੇ ਚੱਲਾਂ ਵਾਂ ਥੋੜਾ ਜਿਹਾ ਟਹਿਲ ਕੇ ਆਉਣਾ ਵੀ ਮੈਂ ਪ੍ਰਸ਼ਾਦਾ ਪਾਣੀ ਜ਼ਿਆਦਾ ਖਾ ਲਿਆ ਤੇ ਫੇਰ ਆਵਾਂਗਾ ਹਉ ਢਾਗ ਤਿੰ ਇੰਤਜ਼ਾਰ ਕਰਦਾ ਵੀ ਜਦੋਂ ਇਸ ਸੋਏਗਾ ਉਦੋਂ ਉੱਤੇ ਆਵਾਂਗਾ ਉਹ ਘੱਟ ਤੋਂ ਘੱਟ 2 ਘੰਟੇ ਥੱਲੇ ਲਾ ਕੇ ਆਉਂਦਾ ਜਦੋਂ ਆਉਂਦਾ ਤੇ ਦੇਖਦਾ ਵੀ ਸਾਹੂ ਕਾਰਨਾ ਗੂੜੀ ਨੀਂਦ ਸੁੱਤਾ ਪਿਆ ਐਵੇਂ ਇਹ ਕਹਿਦੀਦਾ ਨਾ ਮੈਂ ਫਲਾਣਾ ਘੋੜੇ ਵੇਚ ਕੇ ਸੁੱਤਾ ਉਹ ਘੋੜੇ ਵੇਚ ਕੇ ਸੁੱਤਾ ਪਿਆ ਸੀ ਉਹਨੇ ਢਾਗਣੇ ਕੀਤਾ ਸਭ ਤੋਂ ਪਹਿਲਾਂ ਉਹਦਾ ਬੈਗ ਫਰੋਲੇ ਬੈਗ ਦੇ ਵਿੱਚ ਉਹਨੂੰ ਕੱਖਣਾ ਮਿਲਿਆ ਉਹਨਾਂ ਦੇ ਕੱਪੜੇ ਜਿੰਨੇ ਉਹਨੇ ਪਾਇਸਨ ਲੀੜੇ ਸਾਰੇ ਫੋਲ ਦਿੱਤੇ ਉੱਚ ਕੱਖਣਾ ਨਿਕਲਿਆ ਫਿਰ ਉਹਨੇ ਆਖਿਆ ਵੀ ਸਰਾਣੇ 'ਚ ਪਾਏ ਹੋਣਗੇ ਉਹਨੇ ਸਰਾਣਾ ਫੋਲਿਆ ਤੇ ਉੱਚ ਵੀ ਕੱਖਣਾ ਨਿਕਲਿਆ ਹੌਣ ਉਹ ਆਸੇ-ਪਾਸੇ ਵੇਂਦਾ ਤੇ ਉਹਨੂੰ ਕਿਤੇ ਕੱਖ ਨਹੀਂ ਨਜ਼ਰ ਆਉਂਦਾ। ਹੁਣ ਥੱਕਿਆ ਸੀ ਤੇ ਉੱਥੇ ਇੱਕ ਪਾਸੇ ਕੁਰਸੀ ਪਈ ਤੇ ਉਹਦੇ ਤੇ ਸੋ ਗਿਆ। ਜਦੋਂ ਸਵੇਰੇ ਹੋਇਆ ਨਾ ਤੇ ਉਹਦੀ ਅੱਖ ਖੁੱਲੀ ਤੇ ਵੇਖਦਾ ਹੈ ਵੀ ਜਿਹੜਾ ਉਹ ਸੇਟ ਸੀ ਨਾ ਉਹ ਸ਼ਾਹੂਕਾਰ ਸੀ ਉਥੇ ਆਪਣੇ ਉਸ ਬਿਸਤਰੇ ਦੇ ਉੱਤੇ ਰੱਖ ਕੇ ਤੇ ਆਪਣੇ ਨੋਟ ਗਿੰਦਾ ਪਿਆ ਸੀ। ਉਹਦੀ ਨਾ ਹੈਰਾਨੀ ਦੀ ਕੋਈ ਹੱਦ ਨਾਰੀ। ਕਹਿੰਦਾ ਰਾਤ ਦਾ ਬੈਗ ਫਰੋਲਿਆ। ਥੈਲਾ ਫਰੋਲਿਆ। ਕੱਖ ਨਹੀਂ ਨਿਕਲਿਆ। ਉਸ ਤੋਂ ਬਾਅਦ ਇਹਦੇ ਕੱਪੜੇ ਫਰੋਲੇ। ਉਸ ਤੋਂ ਬਾਅਦ ਮਸਰਾਣਾ ਤੱਕ ਸਾਰਾ ਫਰੋਲ ਮਾਰਿਆ ਪਰ ਕੀ ਤੋਕ ਆਖ ਨਹੀਂ ਲੱਭਿਆ ਮੰਝੀਆਂ ਬਿਸਤਰੇ ਕੱਖ ਨਹੀਂ ਛੱਡਿਆ ਸਵੇਰੇ ਉੱਠਦਿਆਂ ਸਾਰੀ ਨੇ ਫਿਰ ਨੋਟਾਂ ਦੇ ਬੰਡਲ ਗਿਣਨ ਲੱਗ ਗਿਆ ਪੈਸੇ ਹੈ ਕਿੱਥੇ ਸੈਂ ਕਹਿੰਦਾ ਫਿਰ ਕੋਈ ਗੱਲ ਨਹੀਂ ਅੱਜ ਨਹੀਂ ਨੂੰ ਬਖਸ਼ਣਾ ਹੈਗਾ ਅਗਲਾ ਦਿਨ ਹੁੰਦਾ ਉਹ ਆਪਣੇ ਵਪਾਰ ਲਈ ਚਲਾ ਜਾਂਦਾ ਇਹ ਦਿਖਾਵਾ ਕਰਦਾ ਵੀ ਮੈਂ ਆਪਣੇ ਲਈ ਚਲਾ ਗਿਆ ਸ਼ਾਮ ਹੁੰਦੀ ਤੇ ਫਿਰ ਇਕੱਠੇ ਹੁੰਦੇ ਇੱਕ ਦੂਜੇ ਨੂੰ ਪੁੱਛਦੇ ਵੀ ਕਿਵੇਂ ਦਿਨ ਰਿਹਾ ਗੱਲਾਂ ਬਾਤਾਂ ਕਰਦੇ ਰਾਤ ਹੁੰਦੀ ਜਦੋਂ ਰਾਤ ਹੁੰਦੀ ਹੈ ਨਾ ਤੇ ਫਿਰ ਕਹਿੰਦਾ ਵੀ ਪ੍ਰਸ਼ਾਦਾ ਪਾਣੀ ਜ਼ਿਆਦਾ ਖਾ ਲਿਆ ਮੈਂ ਬੜਾ ਥੋੜਾ ਨਾ ਥਲੇ ਟੈਲਨ ਚੱਲਿਆ ਟੈਲਨ ਜਾਂਦਾ ਤੇ ਉਹ ਜਦੋਂ ਆਉਂਦਾ ਤੇ ਕਹਿੰਦਾ ਵੀ ਅੱਜ ਨਾ ਮੈਂ ਇਹਨੂੰ ਚੰਗੀ ਤਰ੍ਹਾਂ ਰਮਾਲ ਦੇ ਉੱਤੇ ਕੁਝ ਲਾ ਕੇ ਤੇ ਇਹਨੂੰ ਫਿਰ ਮੈਂ ਇਹਦੇ ਇਹਦਾ ਕੰਮ ਤਮਾਮ ਕਰਕੇ ਨਾ ਤੇ ਉਸ ਤੋਂ ਬਾਅਦ ਫੋਲਾਗਾ ਵੀ ਕਿੱਥੇ ਕੀ ਸੀ ਇਹ ਰਮਾਲ ਦੇ ਉੱਤੇ ਮੜੀ ਜੀ ਕੋਈ ਦਵਾਈ ਲਾਉਂਦਾ ਤੇ ਉਹਦੇ ਨੱਕ ਦੇ ਉੱਤੇ ਲਾ ਦਿੰਦਾ ਹੁਣ ਉਹ ਤੇ ਘੂਕ ਹੋ ਕੇ ਸੋ ਗਿਆ ਕਹਿੰਦਾ ਮੈਨੂੰ ਪੱਕਾ ਯਕੀਨ ਹੈ ਵੀ ਬਿਸਤਰੇ 'ਚ ਪੈਸੇ ਪਏ ਨੇ ਉਹ ਸਭ ਤੋਂ ਪਹਿਲਾਂ ਨਾ ਪਹਿਲਾਂ ਬੈਗ ਹੀ ਫਰੋਲਦਾ ਉਸ ਤੋਂ ਬਾਅਦ ਉਹਦੇ ਕੱਪੜੇ ਵੇਖਦਾ ਫਿਰ ਉਹਨੇ ਕੀ ਕਿਤਾਬ ਇਸਰਾਨਾ ਵੇਖਿਆ ਫਿਰ ਉਹਨੇ ਜਿਹੜੀ ਤਲਾਈ ਦੇ ਉੱਤੇ ਸੁੱਤਾ ਸੀ ਨਾ ਉਹ ਸਾਰੀ ਤਲਾਈ ਵੀ ਖੋਲ ਮਾਰੀ ਪਰ ਕਿਤੋਂ ਕੱਖਣਾ ਲੱਭਿਆ ਉਹਵੇਂ ਸਾਰਾ ਕੁਝ ਰੱਖ ਕੇ ਤੇ ਹਰ ਆਪਣੇ ਜਿਹੜਾ ਕਮਰਾ ਸੀ ਨਾ ਉਹਦੇ ਥੱਲੇ ਵੇਖਣ ਲੱਗਾ ਆਸੇ-ਪਾਸੇ ਵੇਖਣ ਲੱਗਾ ਉਹਦੇ ਪਾਸੇ ਪਰ ਉਹਨੂੰ ਕਿਤੋਂ ਕੁਝ ਨਾ ਲੱਭਾ ਹਾਰ ਥੱਕ ਕੇ ਫੇਰ ਸੋ ਗਿਆ ਜਦੋਂ ਸਵੇਰੇ ਉੱਠਿਆ ਨਾ ਤੇ ਉਹਦੇ ਤੇ ਜਿਹੜਾ ਸ਼ਾਹੂ ਘਰ ਸੀ ਉੱਤੇ ਦਿਨ ਚਿਰ ਆਸ ਵੀ ਉਹ ਅੰਮ੍ਰਿਤ ਵੇਲੇ ਉੱਠਦਾ ਹੁੰਦਾ ਸੀ ਉਹ ਉੱਠ ਕੇ ਤੇ ਜਦੋਂ ਇਹ ਉੱਠਦਾ ਹੈ ਨਾ ਕੋਈ 7 ਵਜੇ ਦੇਖਦਾ ਹੈ ਵੀ ਉਹ ਤਾਂ ਫਿਰ ਆਪਣੇ ਜਿਹੜੇ ਨੋਟਾਂ ਦੇ ਬੰਡਲ ਗਿਣ-ਗਿਣ ਕੇ ਤੇ ਫਿਰ ਆਪਣੇ ਬੈਗ ਦੇ ਵਿੱਚ ਪਾਣ ਦੇ ਉਦੀ ਹੈਰਾਨੀ ਦੀ ਕੋਈ ਹੱਦ ਨਾਰੀ ਵੀ ਠੱਗ ਮੈਂ ਆ ਕਿ ਇਹ ਠੱਗੇ ਵੀ ਇਹ ਰਾਤ ਨੂੰ ਪਤਾ ਨਹੀਂ ਕਿੱਥੇ ਇਹ ਗੁਪਤ ਕਰ ਦਿੰਦਾ ਤੇ ਸਵੇਰੇ ਹੁੰਦੇ ਹੀ ਪ੍ਰਗਟ ਹੋ ਜਾਂਦੇ ਉਦੀ ਹੈਰਾਨੀ ਦੀ ਕੋਈ ਹੱਦ ਨਾਰੀ ਉਹ ਕਹਿੰਦਾ ਵੀ ਹੁਣ ਜੋ ਮਰਜ਼ੀ ਹੋ ਜੇ ਨਾ ਕੱਲ ਨੂੰ ਇਹਦੇ ਪੈਸੇ ਮੇਰੇ ਹੁਣੇ ਹੋਣਗੇ ਮੈਂ ਤੇ ਪਿੱਛੇ 50000 ਦੇ ਕੇ ਆਇਆ ਵਾਂ ਦਿਨ ਵੀ ਖੋਟੀ ਕਰਨ ਦਿਆਂ ਵਾਂ ਇੰਨਾ ਖਰਚਾ ਵੀ ਲਾਇਆ ਹੈ ਤੇ ਇਹ ਨਹੀਂ ਹੋ ਸਕਦਾ ਵੀ ਪੈਸੇ ਨਾ ਮਿਲਣ ਇਹ ਤੇ ਮੇਰੀ ਉੱਤੇ ਠੱਗਾ ਚ ਜੱਗ ਹਸਾਈ ਹੋ ਜੇਗੀ ਹੁਣ ਕੀ ਕਰਦਾ ਵੀ ਅਗਲੇ ਦਿਨ ਵੀ ਐਵੇਂ ਹੁੰਦਾ ਹੈ ਤੀਸਰੇ ਦਿਨ ਵੀ ਜਦੋਂ ਹੁੰਦਾ ਨਾ ਉਹ ਐਵੇਂ ਕਰਦਾ ਹੈ ਵੀ ਸੌਣ ਦਾ ਇੰਤਜ਼ਾਰ ਕਰਦਾ ਥੱਲੋਂ ਆ ਕੇ ਫਿਰ ਹਰ ਚੀਜ਼ ਫਰੋਲ ਮਾਰਦਾ ਪਰ ਕਿਦੋਂ ਕੁਝ ਨਹੀਂ ਲੱਭਦਾ ਉਹ ਨਾਂ ਨੂੰ ਬੜੀ ਹੈਰਾਨੀ ਹੁੰਦੀ ਹੈ ਵੀ ਇਹ ਬੰਦਾ ਕਰਦਾ ਕੀ ਹੈ ਪੈਸੇ ਜਾਂਦੇ ਤੇ ਜਾਂਦੇ ਕਿੱਥੇ ਨੇ ਅਗਲੀ ਸਵੇਰ ਹੁੰਦੀ ਹੈ ਨਾ ਉਹ ਫੇਰੋਂ ਵੀ ਮੰਜੇ ਤੇ ਪਾ ਕੇ ਉਵੇਂ ਗਿਣਨ ਦਿਆ ਹੁੰਦਾ ਹਾਰ ਥੱਕ ਕੇ ਕਹਿੰਦਾ ਵੀ ਸ਼ਾਹੂਕਾਰ ਜੀ ਇੱਕ ਗੱਲ ਦੱਸੋ ਤੁਸੀਂ ਠਾਗੋ ਕਿ ਮੈਂ ਠੱਗਾ ਮੈਂ ਕੋਈ ਵਪਾਰੀ ਨਹੀਂ ਮੈਂ ਠੱਗਾ ਮੈਂ ਤੇ ਤੁਹਾਨੂੰ ਤੁਹਾਡੇ ਜਿਹੜੇ ਲੁੱਟਾਂ ਦੇ ਮਨਸੀਬੇ ਦੇ ਨਾਲ ਤੁਹਾਡੇ ਪਿੱਛੇ ਲੱਗਾ ਸੀ ਤੇ ਮੈਨੂੰ ਇੱਕ ਗੱਲ ਦੱਸੋ ਇਹ ਪੈਸੇ ਤੁਸੀਂ ਰੱਖਦੇ ਕਿੱਥੇ ਹੋ ਵੀ ਜਾਂਦੇ ਕਿੱਥੇ ਅਗੋ ਸ਼ਾਹੂਕਰ ਕਹਿੰਦਾ ਵੀ ਜਦੋਂ ਤੂੰ ਮੇਰੇ ਨਾਲ ਬੈਠਾ ਸੀ ਤੇਰੀਆਂ ਗੱਲਾਂ ਜਦੋਂ ਵੱਡੀਆਂ-ਵੱਡੀਆਂ ਸਨ ਮੈਨੂੰ ਉਦੋਂ ਹੀ ਅባਸ ਹੋ ਗਿਆ ਸੀ ਵੀ ਤੂੰ ਮੈਨੂੰ ਲੁੱਟਣ ਦੇ ਮਨਸੀਬੇ ਦੇ ਨਾਲ ਚੱਲਿਆ ਕਹਿੰਦੇ ਫਿਰ ਇੱਥੇ ਆ ਕੇ ਮੈਨੂੰ ਪੱਕਾ ਯਕੀਨ ਹੋ ਗਿਆ ਜਦ ਤੂੰ ਕਮਰਾ ਮੇਰੇ ਨਾਲ ਲਿਆ ਉਸ ਤੋਂ ਬਾਅਦ ਕਹਿੰਦੇ ਫਿਰ ਮੇਰੇ ਮਨ ਚ ਆਇਆ ਵੀ ਕਮਰਾ ਇੱਕ ਤਾਂ ਲੈ ਲਿਆ ਚੱਲ ਬਚਾਵ ਲਈ ਉਹ ਵੀ ਮੈਂ ਆਪਣੇ ਬਚਾਵ ਲਈ ਲਿਆ ਸੀ ਵੀ ਤੇਰੇ ਤੇ ਨਿਗਾਹ ਰਹੇਗੀ ਫਿਰ ਕੀ ਹੋਇਆ ਫਿਰ ਮੈਨੂੰ ਇਹ ਵੀ ਅਭਾਸ਼ੀ ਵੀ ਤੂੰ ਮੈਨੂੰ ਬੇਹੋਸ਼ ਕਰਕੇ ਮੇਰੇ ਪੈਸੇ ਲੈ ਲੇਗਾ ਮੈਂ ਉਹਦੇ ਲਈ ਵੀ ਤਿਆਰ ਬਰ ਤਿਆਰ ਕਿੰਨਾ ਵੀ ਗਾਲ ਦਸੋ ਪੈਸੇ ਜਾਂਦੇ ਕਿੱਥੇ ਸ ਕਹਿੰਦਾ ਮੈਨੂੰ ਪਤਾ ਸਤੋਂ ਮੇਰਾ ਬੈਗ ਫਰੋਲੇਗਾ ਮੇਰੇ ਸਰਾਣੇ ਮੇਰੇ ਕੱਪੜਾ ਹੋਰ ਤੇ ਹੋਰ ਮੇਰੇ ਤਲਾਈ ਵੀ ਫਰੋਲੇਗਾ ਇਸ ਕਰਕੇ ਮੈਂ ਆਪਣੇ ਪਾਸੇ ਪੈਸੇ ਰੱਖੇ ਨਹੀਂ ਸਨ ਮੈਂ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਜਦੋਂ ਤੂੰ ਥੱਲੇ ਜਾਂਦਾ ਸੀ ਤੇ ਉਦੋਂ ਮੈਂ ਤੇਰੇ ਇਹ ਥੈਲੇ ਦੇ ਵਿੱਚ ਪੈਸੇ ਪਾ ਦਿੰਦਾ ਸੀ ਤੇ ਉਹ ਆਪ ਆਰਾਮ ਨਾਲ ਸੌ ਜਾਂਦਾ ਸੀ ਮੈਨੂੰ ਪਤਾ ਸੀ ਤੂੰ ਆਪਣੇ ਤਾਂ ਕੁਝ ਫਰੋਲਣਾ ਹੀ ਨਹੀਂ ਫਰੋਲਣਾ ਹੀ ਮੇਰਾ ਉਹ ਮੱਥੇ ਤੇ ਹੱਥ ਮਾਰਦਾ ਹੈ ਕਹਿੰਦਾ ਸਾਰਾ ਕੁਝ ਕੋਲ ਸੀ ਤੇ ਤਾਂ ਵੀ ਨਹੀਂ ਮੈਂ ਪਹਿਚਾਨ ਸਕਿਆ ਇਹ ਹੀ ਆਪਣੀ ਸਭ ਦੀ ਕਹਾਣੀ ਆਪਾਂ ਦੂਜਾ ਕੀ ਕਰਦਾ ਹੈ ਦੂਜਾ ਕਿੱਥੇ ਜਾਂਦਾ ਹੈ ਕੀ ਖਾਂਦਾ ਹੈ ਕੀ ਕਮਾਉਂਦਾ ਹੈ ਕਿੱਥੋਂ ਆਉਂਦਾ ਹੈ ਕਿੱਥੇ ਜਾਂਦਾ ਆਪਾਂ ਸਭ ਦੂਜਿਆਂ ਨੂੰ ਫਰੋਲਦੇ ਹਾਂ ਆਪਣੇ ਆਪ ਨੂੰ ਕਦੇ ਖੋਲ ਕੇ ਨਹੀਂ ਦੇਖਦੇ ਜਿਸ ਦਿਨ ਮਨੁੱਖਾ ਆਪਣੇ ਆਪ ਨੂੰ ਖੋਲ ਕੇ ਦੇਖ ਲੱਗ ਗਿਆ ਨਾ ਉੱਚੀ ਸੋਚ ਦਾ ਮਾਲਕ ਹੋ ਜਾਏਗਾ ਜੇ ਤੂੰ ਬਹੁਤ ਸਿਆਣਾ ਆਪਣੇ ਆਪ ਨੂੰ ਸਮਝਦਾਰ ਸਮਝਣਾ ਹੈ ਨਾ ਤਮਨੁੱਖਾ ਆਪਣੇ ਮਨ ਵਿੱਚ ਝਾਤ ਮਾਰ ਕਿ ਤੂੰ ਕੀ ਕਰਦਾ ਦੂਜਿਆਂ ਦੇ ਔਗਣ ਤੇ ਐਬ ਦੇਖਦਾ ਉਹ ਛੰਡ ਤੂੰ ਸੁਖੀ ਹੋ ਜਾਏਗਾ ਇਸ ਲਈ ਸਵੇਰੇ ਉੱਠਣ ਅਨਸਾਰ ਆਪਣੇ ਇਹ ਔਗਣ ਦੇਖਣਾ ਬਾਹਰ ਛੱਡੋ ਕਰ ਤੂੰ ਇੱਕ ਪੇਜ ਲੈ ਕੇ ਉੱਤੇ ਲਿਖ ਲਿਆ ਕਰ ਵੀ ਮੈਂ ਸਿਆਣਾ ਤੇ ਜੇ ਸਮਝਦਾਰ ਆ ਨਾ ਤਾਂ ਆਪਣੇ ਮਨ ਦੀ ਝਾਤ ਮਾਰਨੀ ਮੈਂ ਦੂਜਿਆਂ ਦੇ ਔਗਣ ਨਹੀਂ ਦੇਖਣੇ ਜੇਬ 'ਚ ਪਾ ਲਓ ਜਦੋਂ ਵੀ ਜੇਬ 'ਚ ਹੱਥ ਪਾਵਾਂਗੇ ਉਹ ਪਰਚੀ ਮਿਲੇਗੀ ਨਾ ਉਹਨੂੰ ਪੜਾਂਗੇ ਤੇ ਉਹ ਆਪੇ ਹੀ ਫਿਰ ਆਪਣੇ ਮਨ 'ਚ ਬੈਠੇਗਾ ਤੇ ਦੂਜਿਆਂ ਦੇ ਔਗਣ ਤਿਆਗ ਆਪਣੇ ਆਪ ਨੂੰ ਤੇ ਫਿਰ ਵਾਇਗਰੂ ਮੱਤ ਦੇਣਗੇ ਜੋ ਉੱਚੀ ਸੋਚ ਦੇ ਮਾਲਕ ਬਣਾਂਗੇ ਤੇ ਹਰ ਕੰਮ ਵਿੱਚ ਕਾਮਯਾਬੀ ਹਾਸਲ ਕਰਾਂਗੇ